ਭਵਨ SL ਸਕੂਲ ਵਿਖੇ ਕਥਕ ਨ੍ਰਿਤ ਇੱਕ ਸ਼ਾਮ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਹਿਮਾਚਲ ਦੇ ਜ਼ਿਲ੍ਹਾ ਮੰਡੀ ਦੇ ਮਸ਼ਹੂਰ ਕਥਕ ਨ੍ਰਿਤਕ ਦਿਨੇਸ਼ ਗੁਪਤਾ ਨੇ ਆਪਣੀ ਜ਼ੋਰਦਾਰ ਪਰਫਾਰਮੈਂਸ ਪੇਸ਼ ਕੀਤੀ। ਇਸ ਦੌਰਾਨ ਅੰਮ੍ਰਿਤਸਰ ਦੀ ਕਥਕ ਨਾਚ ਦੀ ਪ੍ਰੋਫੈਸਰ ਰਸ਼ਮੀ ਨੰਦਾ ਦੇ ਵਿਦਿਆਰਥੀਆਂ ਨੇ ਵੀ ਆਪਣੀ ਨ੍ਰਿਤ ਦੀ ਪੇਸ਼ਕਾਰੀ ਕੀਤੀ। ਇਸ ਮੌਕੇ ਮੁੱਖ ਮਹਿਮਾਨ ਰੋਟੇਰੀਅਨ ਡਿਸਟ੍ਰਿਕਟ ਗਵਰਨਰ ਉਪਕਾਰ ਸਿੰਘ ਸੇਠੀ ਦਾ, ਸਕੂਲ ਦੇ ਚੇਅਰਮੈਨ ਅਵਿਨਾਸ਼ ਮਹਿੰਦਰੂ ਅਤੇ ਪ੍ਰਿੰਸੀਪਲ ਅਨੀਤਾ ਭੱਲਾ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਨਿਊਜ਼ ਨੰਬਰ ਨਾਲ ਗੱਲਬਾਤ ਕਰਦਿਆਂ ਅਵਿਨਾਸ਼ ਮਹਿੰਦਰੂ ਨੇ ਦੱਸਿਆ ਕਿ ਭਵਨ ਸਕੂਲ ਵਿੱਚ ਹਰ ਮਹੀਨੇ ਕੋਈ ਨਾ ਕੋਈ ਕਲਚਰ ਐਕਟੀਵਿਟੀ ਕਰਵਾਈ ਜਾਂਦੀ ਹੈ, ਜਿਸ ਦਾ ਮਕਸਦ ਬੱਚਿਆਂ ਨੂੰ ਆਪਣੇ ਕਲਚਰ ਦੀ ਮਹਾਨਤਾ ਨਾਲ ਜੋੜਨਾ ਹੈ। ਇਸ ਮੌਕੇ ਕਥਕ ਨਾਚ ਦੇ ਮਸ਼ਹੂਰ ਆਰਟਿਸਟ ਦਿਨੇਸ਼ ਗੁਪਤਾ ਨੇ ਕਿਹਾ ਕਿ ਬੱਚਿਆਂ ਨੂੰ ਆਪਣੇ ਭਾਰਤ ਦੀ ਕਲਾ ਨੂੰ ਪਹਿਚਾਣਨ ਦੀ ਲੋੜ ਹੈ ਅਤੇ ਜਿਸ ਦਿਨ ਭਾਰਤ ਦਾ ਮਤਲਬ ਸਮਝ ਆ ਗਿਆ ਉਸ ਦਿਨ ਪੱਛਮੀ ਤੌਰ ਤਰੀਕੇ ਛੱਡਣਾ ਨਹੀਂ ਪਵੇਗਾ ਬਲਕਿ ਉਹ ਆਪਣੇ ਆਪ ਛੁੱਟ ਜਾਵੇਗਾ। ਬਵੰਸ ਕਲਾ ਕੇਂਦਰ ਹਰ ਮਹੀਨੇ ਇੱਕ ਐਸਾ ਕਲਚਰ ਪ੍ਰੋਗਰਾਮ ਦਿੱਤਾ ਹੈ ਜੋ ਲੋਕਾਂ ਕੋ ਕੁਆਲਿਟੀ ਐਂਟਰਟੇਨਮੈਂਟ ਵੀ ਦਿੱਤਾ ਹੈ ਔਰ ਸਾਥ ਮੇਂ ਹਮ ਭਾਰਤੀ ਕਲਚਰ ਕੋ ਪ੍ਰਮੋਟ ਵੀ ਕਰਤੇ ਹੈ। ਜੈਸੇ ਆਜ ਹਮਨੇ ਕਲਾਸਿਕਲ ਡਾਂਸ ਕਾ ਪਰਫਾਰਮੈਂਸ ਕੀਆ ਹੈ ਕਥਕ ਡਾਂਸ ਪਰ, ਕਿਉਂਕਿ ਐਸਾ ਨਾ ਹੋ ਕਿ ਭਾਰਤ ਅਸੀਂ ਕੋਰੇ ਐਂਟਰਟੇਨਮੈਂਟ ਮੇਂ ਹੀ ਫਸ ਜਾਏ ਔਰ ਜੋ ਹਮਾਰਾ ਭਾਰਤੀ ਗਿਆਨ ਹੈ ਜੋ ਅਸਲੀ ਰਸ ਦਿੱਤਾ ਹੈ ਜਿਸਮੇ ਆਤਮਿਕ ਸ਼ਾਂਤੀ ਮਿਲਤੀ ਹੈ ਉਸਸੇ ਵੰਚਿਤ ਰਹਿ ਜਾਏ ਤੋ ਹਮਾਰਾ ਪ੍ਰਯਾਸ ਰਹਿਤਾ ਹੈ ਐਸੇ ਕੁਆਲਿਟੀ ਪ੍ਰੋਗਰਾਮ ਕਰਤੇ ਰਹੇ। ਜੀ ਨਮਸਕਾਰ, ਮੈਂ ਦਿਨੇਸ਼ ਗੁਪਤਾ ਹਾਂ, ਮੈਂ ਮੰਡੀ ਹਿਮਾਚਲ ਪ੍ਰਦੇਸ਼ ਤੋਂ ਹਾਂ ਔਰ ਯਹਾਂ ਪੇ ਜੋ ਕਥਕ ਅੱਜ ਸ਼ਿੰਗਾਰ ਨ੍ਰਿਤਯ ਕਰਕੇ ਇੱਕ ਕਾਰਜਕ੍ਰਮ ਹੁਆ ਭਵਨ SL ਪਬਲਿਕ ਸਕੂਲ ਕੇ ਆਡੀਟੋਰੀਅਮ ਮੇਂ, ਮੁਝੇ ਬਹੁਤ ਯਹਾਂ ਪੇ ਨਾਚ ਕਰਤੇ ਹੋਏ ਆਨੰਦ ਪ੍ਰਾਪਤ ਹੁਆ ਔਰ ਮੈਂ ਲਖਨਊ ਘਰਾਨੇ ਸੇ ਸੰਬੰਧ ਰੱਖਤਾ ਹੂੰ ਐਂਡ ਮਾਈ ਸਪੈਸ਼ਲ ਥੈਂਕਸ ਟੂ ਰਸ਼ਮੀ ਦੀ ਐਂਡ ਪ੍ਰਿੰਸੀਪਲ ਮੈਮ, ਚੇਅਰਮੈਨ ਸਰ, ਥੈਂਕ ਯੂ ਸੋ ਮਚ ਫੋਰ ਕਾਲਿੰਗ ਮੀ, ਥੈਂਕ ਯੂ।